शरणं गच्छामि अलादरी हस्ता हुआ फिटनेस ग्रुप हस्ता हुआ है तमेदे सुसाइटी हस्ता हुआ जोगा परिवार हस्ता हुआ पटियाला हस्ता हुआ पंजाब हस्ता हुआ इंडिया शरणं गच्छामि धम्मं शरणं गच्छामि संघं शरणं गच्छामि ਬੁੱਧ ਪੂਰਨਿਮਾ ਦਾ ਖਾਸ ਦਿਨ ਇਹ ਦਿਨ ਜਾਣਿਆ ਜਾਂਦਾ ਹੈ ਕਿ ਇਸ ਦਿਨ ਇੱਕ ਆਮ ਆਦਮੀ ਸਿਧਾਰਥ ਆਮ ਆਦਮੀ ਮੈਂ ਇਸ ਲਈ ਕਹਿ ਰਿਹਾ ਵੈਸੇ ਤਾਂ ਉਹ ਰਾਜਾ ਸੀ ਆਮ ਆਦਮੀ ਇਸ ਲਈ ਕਿ ਉਹ ਰਾਜਪਾਠ ਛੋੜ ਕੇ ਉਹ ਜੰਗਲਾਂ 'ਚ ਚਲੇ ਗਏ ਸੀ ਸਿਧਾਰਥ ਅੱਜ ਦੇ ਦਿਨ ਐਨਲਾਈਟਿਡ ਹੋਇਆ ਅਤੇ ਗੌਤਮ ਬੁੱਧ ਕਹਿਲਾਇਆ
ਅੱਜ ਦਾ ਦਿਨ ਉਸ ਨਾਮ ਦੇ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ ਅਤੇ ਅੱਜ ਦੀ ਜਿਹੜੀ ਇਹ ਰਾਤ ਹੈ ਬੁੱਧ ਪੂਰਣਿਮਾ, ਪਰ ਅਸੀਂ ਸਵੇਰੇ ਅੱਜ ਉਸਨੂੰ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਇੱਥੇ ਲੋਕ ਸੈਲੀਬ੍ਰੇਟ ਕਰ ਰਹੇ ਸੀ ਅਤੇ ਮੈਂ ਉੱਥੇ ਪਹੁੰਚ ਗਿਆ ਬਾਰਾਦਰੀ ਗਾਰਡਨ ਦੇ ਵਿੱਚ ਅਤੇ ਜਾਣਦੇ ਹਾਂ ਕਿ ਇਹ ਲੋਕ ਕੀ ਸੈਲੀਬ੍ਰੇਟ ਕਰ ਰਹੇ ਹੈ, ਕਿਵੇਂ ਸੈਲੀਬ੍ਰੇਟ ਕਰ ਰਹੇ ਹੈ ਅਤੇ ਇਸ ਦਿਨ ਨੂੰ ਦਾ ਮਹੱਤਵ ਕੀ ਹੈ। ਸਰ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਸ਼ਵਨੀ ਖੰਨਾ ਹੈ, ਮੈਂ ਪਟਿਆਲਾ ਦੀ ਰਹਿਣ ਵਾਲਾ ਹਾਂ। ਬੁੱਧ ਜਿਹੜੇ ਹੋਏ ਨੇ ਵੈਸੇ ਸਾਰਿਆਂ ਨੂੰ ਪਤਾ ਹੀ ਹੈ, ਮੈਂ ਵੀ ਕੋਈ ਜ਼ਿਆਦਾ ਨਹੀਂ ਜਾਣਦਾ ਪਰ ਇੰਨਾ ਥੋੜ੍ਹਾ ਬਹੁਤ ਪੜ੍ਹਿਆ ਉਹਨਾਂ ਬਾਰੇ। ਬੁੱਧ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੱਕ ਰਾਜਾ ਸੀਗਾ, ਉਹਨਾਂ ਨੂੰ ਲੋਕਾਂ ਨੇ ਪੁੱਛਿਆ ਵੀ ਤੁਸੀਂ ਜੰਗਲਾਂ 'ਚ ਆ ਗਏ, ਤੁਸੀਂ ਆ ਕੇ ਇੱਥੇ ਕੀ ਮਿਲਿਆ? ਕਹਿੰਦਾ ਮੈਨੂੰ ਮਿਲਿਆ ਕੁਛ ਨਹੀਂ ਬਲਕਿ ਮੈਂ ਖੋਇਆ ਹੀ ਹੈ। ਉਹਨਾਂ ਨੇ ਐਸੀ ਸਿੱਖਿਆ ਦਿੱਤੀ ਹੈ ਕਿ ਇੱਕ ਵਾਰ ਇੱਕ ਨਾ ਫੈਮਿਲੀ ਉਹਨਾਂ ਦੇ ਆਸ਼ਰਮ ਜਾਂਦੀ ਸੀ ਤਾਂ ਉਹਨਾਂ ਦਾ ਜਿਹੜਾ ਘਰ ਦਾ ਹੈੱਡ ਸੀਗਾ ਉਹ ਬੜਾ ਪਰੇਸ਼ਾਨ ਸੀਗਾ। ਕਹਿੰਦਾ ਇੱਕ ਦਿਨ ਮੈਂ ਜਾ ਕੇ ਦੇਖੂੰਗਾ। ਉਹ ਜਦੋਂ ਉਹਨਾਂ ਦੀ ਫੈਮਿਲੀ, ਬੱਚੇ, ਉਹਨਾਂ ਦੀ ਵਾਈਫ ਸਾਰੇ ਚਲੇ ਗਏ ਤਾਂ ਉਹਨਾਂ ਦੇ ਪਿੱਛੇ ਚਲਾ ਗਿਆ ਉਹ। ਉਹਨਾਂ ਨੇ ਜਾ ਕੇ ਉੱਥੇ ਜਿਸ ਤਰ੍ਹਾਂ ਬੁੱਧਾ ਦਾ ਪ੍ਰਚਾਰ, ਮਤਲਬ ਆਪਣਾ ਗਿਆਨ ਦੇ ਰਹੇ ਸੀ ਲੋਕਾਂ ਨੂੰ, ਹੋਰ ਤੁਸੀਂ ਸੋਚ ਵੀ ਨਹੀਂ ਸਕਦੇ ਉਹ ਬੰਦੇ ਨੇ ਕੀ ਕੀਤਾ ਹੋਏਗਾ। ਉਹਨਾਂ ਨੇ ਬੁੱਧਾ ਦੇ ਮੂੰਹ 'ਤੇ ਥੁੱਕਤਾ ਸੀਗਾ ਉਹ ਬੰਦੇ ਨੇ। ਮਤਲਬ ਇੰਨਾ ਬੜਾ ਰਾਜਾ ਹੁੰਦਾ, ਫਿਰ ਜੰਗਲਾਂ ਚਲੇ ਜਾਣਾ, ਸੰਨਿਆਸ ਲੈ ਲੈਣਾ, ਤਾਂ ਉਹ ਜਦ ਬੰਦੇ ਨੇ ਇਸ ਤਰ੍ਹਾਂ ਕੀਤਾ ਉਹ ਘਰ ਚਲਾ ਗਿਆ ਵਾਪਸ। ਫਿਰ ਉਹਨਾਂ ਜਾ ਕੇ ਸੋ ਨਹੀਂ ਸਕਿਆ ਸਾਰੀ ਰਾਤ। ਸਵੇਰੇ ਜਾਂ 4 ਵਜੇ ਉੱਠਿਆ ਉਹ ਜਾਂ ਆਇਆ, ਕਹਿੰਦਾ ਉਹ ਸਿੱਧਾ ਬੁੱਧਾ ਦੇ ਆ ਕੇ ਚਰਨਾਂ 'ਚ ਪੈ ਗਿਆ। ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰ ਦਿਓ। ਕਹਿੰਦਾ ਬੁੱਧਾ, ਕਹਿੰਦੇ ਤੂੰ ਕੌਣ ਹੈ, ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ। ਤਾਂ ਤੁਸੀਂ ਇਹ ਦੇਖੋ ਐਡਾ ਵੱਡਾ ਰਾਜਾ ਫਿਰ ਸੰਨਿਆਸ ਲੈ ਲਿਆ, ਵੀ ਉਹਨੇ ਮਿੰਟ 'ਚ ਮਾਫ਼ ਕਰਤਾ। ਉਹਨੇ ਐਡੀ ਬੜੀ ਉਹਨਾਂ ਨੂੰ ਉਹ ਕੀਤੀ ਪਰ ਉਹਨੇ ਮਿੰਟ 'ਚ ਮਾਫ਼ ਕਰਤਾ। ਤਾਂ ਹੀ ਮੈਂ ਪਹਿਲਾਂ ਵੀ ਦੱਸਿਆ ਵੀ ਮਾਫ਼ ਕਰਨਾ ਸਿੱਖੋ। ਜਦ ਤੁਸੀਂ ਮਾਫ਼ ਕਰੋਗੇ ਨਾ ਤੁਹਾਡੇ ਸਾਹ ਹਲਕੇ ਹੋ ਜਾਣਗੇ, ਤੁਹਾਡਾ ਬਾਡੀ ਰਿਲੈਕਸ, ਮਾਈਂਡ ਸਭ ਹਲਕਾ ਹੋ ਜਾਏਗਾ। ਇਹ ਸਿੱਖਿਆ ਬੁੱਧਾ ਨੇ ਇਹੀ ਦਿੱਤੀ ਹੈ ਬਈ, ਅੱਛੀ ਸਿੱਖਿਆ 'ਤੇ ਚੱਲੋ, ਆਪਣੇ ਬੱਚਿਆਂ ਨੂੰ ਤੁਲਸੀ ਦੇ ਪੌਦੇ ਹੀ ਤਰ੍ਹਾਂ ਸਿੱਚੋ, ਹੈ ਨਾ ਕਿ ਆਪਾਂ ਇੱਧਰ ਉੱਧਰ ਭਟਕਾਈਏ ਬੱਚਿਆਂ ਨੂੰ। ਇਸ ਕਰਕੇ ਜਿਹੜਾ ਅੱਜ ਕੱਲ੍ਹ ਮਾਹੌਲ ਹੈ, ਅਸੀਂ ਅੱਛੇ ਜਿਸ ਤਰ੍ਹਾਂ ਹੁਣ ਯੋਗਾ ਕਰ ਰਹੇ ਹਾਂ ਜਾਂ ਬੱਚਿਆਂ ਨੂੰ ਕਿਸੇ ਗੇਮ 'ਚ ਪਾਓ, ਹੈ ਨਾ, ਇਹੋ ਜਿਹੀ ਚੀਜ਼ਾਂ ਦਿਓ, ਨਾ ਕਿ ਮੋਬਾਈਲ ਨੂੰ ਆਪਾਂ ਜ਼ਿਆਦਾ ਪ੍ਰਮੋਟ ਕਰੀਏ ਬੱਚਿਆਂ ਦੇ। ਅੱਖਾਂ ਖਰਾਬ ਹੋ ਰਹੀਆਂ ਨੇ, ਐਡੇ ਐਡੇ ਉਹਨਾਂ ਦੇ ਸ਼ੀਸ਼ੇ ਲੱਗੇ ਨੇ ਛੋਟੇ ਛੋਟੇ ਬੱਚਿਆਂ ਦੇ, ਤੁਸੀਂ ਆਈਜ਼ ਦੇ ਕਿਸੇ ਡਾਕਟਰ ਕੋਲ ਜਾ ਕੇ ਦੇਖੋ, 8-8 ਨੰਬਰ ਦੀ ਐਨਕ ਲਈ ਹੋਈ ਛੋਟੇ ਛੋਟੇ ਬੱਚਿਆਂ ਦੇ। ਬਸ ਮੈਂ ਤਾਂ ਇਹੀ ਕਹਾਂਗਾ ਵੀ ਬੁੱਧਾ ਦੇ ਆਪਾਂ ਚੱਲਣਾ ਬਹੁਤ ਮੁਸ਼ਕਲ ਹੈ ਪਰ ਜੇ ਅਸੀਂ ਇਹ ਯੋਗਾ ਵਗੈਰਾ ਗਿਆਨ ਧਿਆਨ ਕਰਦੇ ਹਾਂ ਤਾਂ ਅਸੀਂ ਕੁਛ ਨਾ ਕੁਛ ਇੱਕ ਪੁਆਇੰਟ ਚੱਲ ਸਕਦੇ ਹਾਂ, ਉਨਾ ਹੀ ਬਹੁਤ ਹੈ ਸਾਡੇ। ਅੱਜ ਬੁੱਧ ਪੂਰਨਿਮਾ ਇਸ ਕਰਕੇ ਮਨਾ ਰਹੇ ਹਾਂ ਕਿ ਰਾਜਕੁਮਾਰ ਜੋ ਕਿ ਆਪਣੇ ਰਥਵਾਰ ਨੂੰ ਪੁੱਛਦਾ ਕਿ ਡੈੱਡ ਬੋਡੀ ਜਾ ਰਹੀ ਹੈ ਕੀ ਹੈ, ਕਹਿੰਦੇ ਇਹ ਬੰਦਾ ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ। ਫਿਰ ਉਸਨੇ ਪੁੱਛਿਆ ਇੱਕ ਬੰਦਾ ਕੁੱਬਾ ਹੋ ਕੇ ਜਾ ਰਿਹਾ, ਇਹ ਕਿਉਂ ਜਾ ਰਿਹਾ, ਕਹਿੰਦੇ ਇਹ ਸਭ ਨੇ ਕੁੱਬਾ ਹੋਣਾ। ਤਾਂ ਇੱਥੋਂ ਉਸਨੂੰ ਬੜਾ ਗਿਆਨ ਜਿਹਾ ਹੋਇਆ ਤਾਂ ਉਹ ਆਪਣੇ 12 ਸਾਲ ਦੀ ਬੱਚੇ ਦੇ ਛੱਡ ਕੇ ਜੰਗਲਾਂ ਚਲਾ ਗਿਆ। ਜੰਗਲ ਜਾ ਕੇ ਉਹਨੇ ਤਪੱਸਿਆ ਕੀਤੀ, ਤਪ ਕਰਨ ਤੋਂ ਬਾਅਦ ਉਸਨੂੰ ਐਨਲਾਈਟਡ ਹੋਇਆ ਤਾਂ ਉਸਨੇ ਇਸ ਸੰਸਾਰ 'ਚ ਸੰਦੇਸ਼ ਭੇਜਿਆ। ਅੱਜ ਬੁੱਧ ਧਰਮ ਚਾਈਨਾ ਵਿੱਚ, ਆਸਟ੍ਰੇਲੀਆ ਵਿੱਚ, ਕੈਨੇਡਾ ਦੇ ਵਿੱਚ, ਭਾਵ ਕਿ ਸਾਰੇ ਏਸ਼ੀਆ ਦੇ ਵਿੱਚ ਅੱਜ ਬੁੱਧ ਧਰਮ ਫੈਲਿਆ ਹੋਇਆ। ਪਰੰਤੂ ਜਿੱਥੋਂ ਬੁੱਧ ਧਰਮ ਸ਼ੁਰੂ ਹੋਇਆ ਇੱਥੇ ਬੁੱਧ ਧਰਮ ਦੀ ਸਾਡੀ ਬੜੀ ਘਾਟ ਹੈਗੀ ਹੈ, ਪਰ ਉਹਦੇ ਸੰਦੇਸ਼ ਔਰ ਉਪਦੇਸ਼ ਜਿਹੜੇ ਹੈ ਉਹ ਸਾਰੇ ਵਿਸ਼ਵ ਦੇ ਵਿੱਚ ਪਹੁੰਚ ਚੁੱਕੇ ਹਨ। ਪਰ ਮੈਂ ਅੱਜ ਇਹ ਕਹਿਣੀ ਚਾਹਾਂਗਾ ਕਿ ਦੂਸਰਾ ਪੱਖ ਕਿ ਅੱਜ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਹੈ, ਜਿਹਨਾਂ 72 ਸਾਲ ਦੀ ਉਮਰ ਦੇ ਵਿੱਚ ਆ ਕੇ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਅਤੇ ਉਹਨੇ ਇਨਸਾਨੀਅਤ ਅਤੇ ਮਨੁੱਖਤਾ ਨਾਲ ਪਿਆਰ ਕਰਨਾ ਸਿਖਾਇਆ, ਧਰਮ ਨਾਲ ਜੁੜਨਾ ਸਿਖਾਇਆ ਅਤੇ ਉਹਨਾਂ ਨੇ ਨੇਕ ਨੀਤੀਆਂ ਅਤੇ ਨੇਕ ਕੰਮ ਕਰਨ ਲਈ ਉਹਨਾਂ ਨੇ ਉਪਦੇਸ਼ ਦਿੱਤੇ। ਤੀਸਰਾ ਪੱਖ ਕਿ ਅੱਜ ਅਸੀਂ ਇੱਥੇ ਬੁੱਧ ਪੂਰਨਿਮਾ ਅਤੇ ਭਰੇ ਅਮਰਦਾਸ ਗੁਰ ਤੇਰੀ ਉਪਮਾ ਤੋਂ ਹੀ ਬਣਾਵੇ ਦੇ ਤਹਿਤ ਅੱਜ ਅਸੀਂ ਇੱਥੇ
ਸਾਰਿਆਂ ਨੇ ਯੋਗਾ ਕੀਤੀ ਹੈ ਸਿਹਤ ਵਾਸਤੇ, ਤੰਦਰੁਸਤੀ ਵਾਸਤੇ, ਦੇਹ ਰੋਗਤਾ ਵਾਸਤੇ। 2015 ਤੋਂ ਇਹ ਜਿਹੜਾ ਯੋਗਾ ਗਰੁੱਪ ਚੱਲ ਰਿਹਾ ਹੈ। ਅੱਜ ਉਸ ਗਰੁੱਪ ਨੇ ਸਾਰਿਆਂ ਰਲ ਮਿਲ ਕੇ ਅੱਜ ਬੁੱਧ ਪੂਰਨਾ ਮਨਾਈ ਹੈ। ਫਿਟਨੈਸ ਦੇ ਲਈ, ਸਾਰਿਆਂ ਦੇ ਲਈ, ਆਪਣੀ ਸਿਹਤ ਦੇ ਲਈ ਸਭ ਨੇ ਕਾਮਨਾ ਕੀਤੀ ਹੈ। ਔਰ ਇਹ ਜਿਹੜਾ ਹੈ ਅੱਜ ਦਾ ਜਿਹੜਾ ਦਿਨ ਹੈ ਉਹ ਇਤਿਹਾਸਕ ਹੋ ਨਿਬੜੇਗਾ, ਕਿਉਂਕਿ ਅੱਜ ਦੀ ਜਿਹੜੀ ਜਨਸੰਖਿਆ ਤਾਦਾਦ ਦੱਸਦੀ ਹੈ ਕਿ ਸਾਰਿਆਂ ਨੇ ਬੁੱਧ ਪੂਰਨਾ ਬੜੀ ਖੁਸ਼ ਖੁਸ਼ੀ ਮਨਾਇਆ ਹੈ। ਇਸ ਦੇ ਵਿੱਚ ਕੋਈ ਕਿਸੇ ਦੀ ਜਾਤੀ ਪਾਤੀ ਧਰਮ ਨਫ਼ਰਤ ਕੋਈ ਨਹੀਂ ਹੋਈ, ਸਭ ਇਨਸਾਨ ਇਨਸਾਨੀ ਤੌਰ 'ਤੇ ਅੱਜ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਭਨਾਂ ਨੇ ਖੁਸ਼ੀ ਖੁਸ਼ੀ ਮਨਾਇਆ ਔਰ ਖੁਸ਼ੀ ਖੁਸ਼ੀ ਜਾ ਰਹੇ। ਅੱਜ ਸਾਰੇ ਹੀ ਅਸੀਂ ਖੁਸ਼ ਹਾਂ ਕਿ ਸਭ ਨੇ ਇਕੱਤਰ ਹੋ ਕੇ ਬੁੱਧ ਪੂਰਨਾ ਮਨਾਈ ਹੈ। ਬਿਲਕੁਲ ਜੀ, ਅੱਜ ਅਸੀਂ ਫਿਟਨੈਸ ਕਲੱਬ ਅਤੇ ਯੋਗਾ ਕਲੱਬ ਨੇ ਬਾਰਾਦਰੀ ਦੇ ਵਿੱਚ ਅੱਜ ਬੁੱਧ ਪੂਰਨਿਮਾ ਮਨਾਇਆ। ਸਾਨੂੰ ਬੜਾ ਆਨੰਦ ਆਇਆ, ਅੱਜ ਮੈਡੀਟੇਸ਼ਨ ਕੀਤੀ ਸਾਨੂੰ, ਅੱਜ ਬੁੱਧ ਪੂਰਨਿਮਾ ਤੋਂ ਬੁੱਧ ਜੀ ਨੇ ਜੋ ਸਾਨੂੰ ਸਿਖਾਇਆ, ਅੱਜ ਸਾਨੂੰ ਸਿੱਖਣ ਨੂੰ ਮਿਲਿਆ ਕਿ ਸਾਨੂੰ ਹਮੇਸ਼ਾ ਪ੍ਰੈਜੈਂਟ ਵਿੱਚ ਰਹਿਣਾ ਚਾਹੀਦਾ, ਕਦੀ ਵੀ ਪਾਸਟ ਬਾਰੇ ਸੋਚ ਕੇ ਪ੍ਰੈਜੈਂਟ ਨਹੀਂ ਖਰਾਬ ਕਰਨਾ ਚਾਹੀਦਾ। ਆਪਾਂ ਕੀ ਕਰਦੇ ਹਾਂ, ਫਿਊਚਰ ਬਾਰੇ ਸੋਚੀ ਜਾਂਦੇ ਹਾਂ ਵੀ ਅੱਗੇ ਕੀ ਹੋਊ, ਅੱਗੇ ਕੀ ਹੋਊਗਾ। ਅੱਜ ਜੋ ਆਪਾਂ ਹੱਸਣਾ ਹੈ, ਜੋ ਆਪਾਂ ਅੱਜ ਪਲੈਨਿੰਗਾਂ ਕਰਨੀਆਂ ਨੇ, ਉਹ ਆਪਾਂ ਸਾਰੀਆਂ ਭੁੱਲ ਜਾਂਦੇ ਹਾਂ, ਆਪਾਂ ਸਿਰਫ ਫਿਊਚਰ ਬਾਰੇ ਸੋਚਦੇ ਰਹੇ। ਇਸ ਕਰਕੇ ਆਪਾਂ ਨੂੰ ਅੱਜ ਪ੍ਰੈਜੈਂਟ ਦੇ ਵਿੱਚ ਰਹਿ ਕੇ ਹੀ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ। ਆਪਣੇ ਇੱਥੇ ਅੱਜ ਜਾ ਕੇ ਇਹ ਸਿੱਖਿਆ ਅਤੇ ਮੈਡੀਟੇਸ਼ਨ ਜ਼ਰੂਰ ਹਰੇਕ ਨੂੰ ਕਰਨੀ ਚਾਹੀਦੀ। ਅੱਜ ਦੇਖੋ ਕਿੰਨੀ ਸ਼ਾਂਤ ਮਾਹੌਲ ਸੀਗਾ, ਸਭ ਨੇ ਬੜਾ ਆਨੰਦ ਲਿਆ ਮੈਡੀਟੇਸ਼ਨ ਕਰਕੇ, ਅੰਦਰੋਂ ਇੱਕ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ, ਸਰੀਰ ਹਲਕਾ ਹੁੰਦਾ। ਸਾਨੂੰ ਇੱਥੇ ਇਹ ਸਿੱਖਣ ਨੂੰ ਮਿਲਿਆ ਸਭ ਨੂੰ ਜੀ। ਭਾਈ ਸਾਹਿਬ ਨੇ ਦੇਖੋ ਬਹੁਤ ਵਧੀਆ ਗੱਲ ਕਹੀ ਹੈ ਕਿ ਗਈ ਗਈ ਕੋ ਜਾਨ ਦੇ, ਗਈ ਗਈ ਕੇ ਸਾਥ ਰਹੀ ਰਹੀ ਹੋ ਜਾਏਗੀ, ਗਈ ਗਈ ਕੇ ਸਾਥ। ਸੋ ਮਤਲਬ ਅੰਗਰੇਜ਼ੀ 'ਚ ਵੀ ਕਹਿੰਦੇ ਸਲੋਗਨ ਹੈ ਕਿ ਲੈਟ ਬਾਈਗੋਨਸ ਬੀ ਬਾਈਗੋਨਸ। ਬੁੱਧ ਜੀ ਇੱਕ ਐਸੇ ਇਨਸਾਨ ਪੈਦਾ ਹੋਏ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਇੱਕੋ ਗੱਲ ਕਹੀ ਹੈ, ਦੁੱਖ ਸਹਿਣ ਦੀ ਸ਼ਕਤੀ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ, ਸੁੱਖ ਤਾਂ ਹਮੇਸ਼ਾ ਮਿਲਦੇ ਹੀ ਰਹਿੰਦੇ ਆ। ਜੇਕਰ ਦੁੱਖ ਦੇ ਬਾਅਦ ਜਿਹੜਾ ਸੁੱਖ ਆਉਂਦਾ ਹੈ ਉਹਦਾ ਆਨੰਦ ਲੈਣਾ ਬੜਾ ਹੀ ਮਜ਼ੇਦਾਰ ਹੁੰਦਾ ਹੈ। ਮੈਂ ਬੁੱਧ ਜੀ ਨੇ ਇੱਕੋ ਹੀ ਗੱਲ ਕਿਹਾ, ਸੰਤੁਸ਼ਟੀ, ਮਨ ਦੀ ਤ੍ਰਿਸ਼ਨਾ, ਮਨ ਦੀ ਸੰਤੁਸ਼ਟੀ ਕਰਨੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਜਿਹਦੇ ਅੰਦਰ ਮਨ ਦੀ ਸ਼ਾਂਤੀ ਹੈ, ਸੰਤੁਸ਼ਟੀ ਨਹੀਂ, ਉਹਦੇ ਜਿੰਨੇ ਵੀ ਪੈਸੇ ਹੋਣ ਜਾਂ ਕੋਈ ਕੁਛ ਵੀ ਹੋਵੇ ਬੇਕਾਰ ਹੈ। ਤੋ ਮੈਂ ਇਹ ਕਹਾਂਗਾ ਯੋਗਾ ਗਰੁੱਪ ਦੀ ਤਰਫ ਤੋਂ ਵੀ ਬੁੱਧ ਦੇ ਚੰਦਾ ਗੱਲਾਂ ਤੋਂ ਚੱਲੋ, ਉਹਨੂੰ ਅਪਣਾਓ। ਜੇਕਰ ਤੁਸੀਂ ਜ਼ਿੰਦਗੀ ਜੀਣਾ ਚਾਹੁੰਦੇ ਹੋ ਸਵੇਰੇ 12 ਵਜੇ ਜ਼ਰੂਰ ਆਓ। ਇਹ ਜਿਹੜਾ ਘੰਟਾ ਇੱਕ ਹੁੰਦਾ ਹੈ, ਇਹ 24 ਘੰਟੇ ਤੋਂ ਸਭ ਤੋਂ ਜ਼ਿਆਦਾ ਵੱਡਾ ਦਿਨ ਹੁੰਦਾ। ਅੱਜ ਤੁਹਾਨੂੰ ਅਸੀਂ ਕੈਸੀ ਲਾਫਟਰ ਗੁਰੂ ਦੇ ਨਾਲ ਮਿਲਾਉਣ ਜਾ ਰਹੇ ਹਾਂ, ਜਿਹੜੇ ਪਟਿਆਲੇ ਵਿੱਚ ਰਹਿੰਦੇ ਆ ਉਹਨਾਂ ਨੂੰ ਲਾਫਟਰ ਗੁਰੂ ਪੂਰਨ ਸਵਾਮੀ ਜੀ ਕਹਿੰਦੇ ਆ। ਗੁਰੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ। ਅਤੇ ਅੱਜ ਦਾ ਦਿਹਾੜਾ ਤੁਸੀਂ ਕੀ ਸੋਚ ਕੇ ਮਨਾ ਰਹੇ ਹੋ, ਅੱਜ ਦੇ ਦਿਹਾੜੇ ਦਾ ਮਹੱਤਵ ਕੀ ਹੈ ਅਤੇ ਇਹ ਕੀ ਮੰਤਵ ਕੀ ਅੱਜ ਦਾ ਦਿਹਾੜਾ ਮਨਾਉਣ ਦਾ ਤੁਹਾਡਾ? ਮੈਂ ਓਸ਼ੋ ਨਾਲ ਜੁੜਿਆ ਪਿਆ, ਓਸ਼ੋ ਨਾਲ ਜੁੜ ਕੇ ਮੈਨੂੰ ਬੁੱਧ ਪੂਰਨਿਮਾ ਉਤਸਵ ਮਨਾਉਣ ਦਾ ਪਤਾ ਚੱਲਿਆ। ਮੈਂ ਲਗਭਗ ਜਿਹੜਾ ਹੈ ਕਿ 25 ਸਾਲ ਤੋਂ ਜਿਹੜੀ ਹੈ ਬੁੱਧ ਪੂਰਨਿਮਾ ਮਨਾ ਰਿਹਾ, ਪਰ ਜਿਹੜਾ ਉਹ ਬੁੱਧ ਪੂਰਨਿਮਾ ਹੈ ਉਹ ਮਤਲਬ ਇਹ ਕਿ ਹੋਟਲਾਂ ਵਿੱਚ, ਆਸ਼ਰਮ ਵਿੱਚ ਜਾਂ ਰੂਮਾਂ ਵਿੱਚ ਮਨਾਈ ਜਾਂਦੀ ਹੈ। ਇਹ ਅੱਜ ਜਿਹੜੀ ਹੈ ਪਹਿਲੀ ਵਾਰ ਮੇਰਾ ਮਨ ਕਰਿਆ ਕਿ ਓਪਨ ਮਨਾਈ ਜਾਵੇ। ਅੱਜ ਅਸੀਂ ਜਿਹੜੀ ਬੁੱਧ ਪੂਰਨਿਮਾ ਹੈ, ਜਿਹੜੀ 12 ਦਰੀ ਵਿੱਚ ਫਿਟਨੈਸ ਕਲੱਬ ਯੋਗਾ ਪਰਿਵਾਰ ਨਾਲ ਮਿਲ ਕੇ ਜਿਹੜਾ ਕਿ ਓਪਨ ਮਨਾਈ ਹੈ ਕਿ ਅੱਜ ਵੀ ਜਿਹੜੇ ਸਮਾਜ ਵਿੱਚ 50-100 ਲੋਕਾਂ ਨੂੰ ਪਤਾ ਲੱਗਿਆ ਬੁੱਧ ਪੂਰਨਿਮਾ ਬਾਰੇ। ਅੱਜ ਵੀ ਅੱਜੀ ਜੀ ਨੇ ਪਹਿਲਾਂ ਅੱਛਾ ਦੱਸਿਆ ਵੀ ਬਹੁਤ ਅੱਛਾ ਮੈਸੇਜ ਦਿੱਤਾ, ਮੈਨੂੰ ਬਹੁਤ ਅੱਛਾ ਲੱਗਿਆ। ਹੋਰਾਂ ਨੇ ਵੀ ਬਹੁਤ ਅੱਛੇ ਅੱਛੇ ਮੈਸੇਜ ਦਿੱਤੇ ਆ, ਤਾਂ ਮੈਨੂੰ ਮੈਸੇਜ ਦੇਣ ਦੀ ਵੈਸੇ ਇੰਨੀ ਲੋੜ ਨਹੀਂ ਆ ਕਿਉਂਕਿ ਮੈਸੇਜ ਤਾਂ ਵੈਸੇ ਵੀ ਇੰਨੇ ਨੇ ਅੱਛੇ ਦੇਤੇ। ਤਾਂ ਮੈਂ ਉਹਦੇ ਵਿੱਚ ਜਿਹੜਾ ਹੈ ਕਿ ਜਿਹੜਾ ਉਹਦਾ ਬੁੱਧ ਨੇ ਕਿਹਾ ਵੀ ਆਤੀ ਜਾਤੀ ਸਵਾਸਥ ਨੂੰ ਦੇਖਣਾ ਅਤੇ ਆਪਣੇ ਮਨ ਨੂੰ ਜਿਹੜਾ ਹੈ ਕਿ ਕਿਵੇਂ ਸਵਸਥ ਰੱਖਣਾ ਉਹਦੇ ਬਾਰੇ ਹੀ ਜਿਹੜਾ ਹੈ ਕਿ ਆਪਣਾ ਬੁੱਧ ਜੀ ਦੱਸਦੇ ਨੇ। ਬਸ ਆਪਣੀ ਆਉਂਦੀ ਜਾਂਦੀ ਸਵਾਸ ਨੂੰ ਦੇਖੋ, ਆਪਣੇ ਮਨ ਨੂੰ ਦੇਖੋ ਵੀ ਆਪਾਂ ਨੂੰ ਦੁੱਖ ਕਿਉਂ ਹੋ ਰਿਹਾ, ਡਰ ਕਿਉਂ ਲੱਗ ਰਿਹਾ। ਜੇ ਆਪਾਂ ਆਪਣੀ ਸਵਾਸ ਨੂੰ ਦੇਖਾਂਗੇ ਸਾਰਾ ਪਤਾ ਲੱਗੇਗਾ ਆਪਾਂ ਨੂੰ ਦੁੱਖ ਕਿੱਥੋਂ ਆ ਰਿਹਾ,
ਕਿੱਥੋਂ ਡਰ ਆ ਰਿਹਾ, ਇਹ ਸਾਰਾ ਕੁਝ ਪਤਾ ਲੱਗਿਆ। ਤੁਸੀਂ ਆਪਣੇ ਜ਼ਰੂਰ ਸਵਾਸਾਂ ਨੂੰ ਡੇਲੀ ਅੱਧਾ ਘੰਟਾ 15 ਮਿੰਟ ਜ਼ਰੂਰ ਦੇਖਿਆ ਕਰੋ, ਇਹਦੇ ਨਾਲ ਤੁਹਾਡਾ ਮਨ ਸ਼ਾਂਤ ਔਰ ਡਰ ਮੁਕਤ ਜ਼ਿੰਦਗੀ ਜੀਏਗਾ, ਜਿਵੇਂ ਮੈਂ ਜਿੰਨਾ ਡਰ ਮੁਕਤ ਔਰ ਸ਼ਾਂਤ ਔਰ ਮਸਤੀ ਮੈਂ। ਦੇਖੋ ਕਿੰਨਾ ਵਧੀਆ ਸੁਨੇਹਾ ਦਿੱਤਾ ਕਿ ਆਉਂਦੀ ਜਾਂਦੀ ਸਾਹ ਦੇ ਉੱਤੇ ਧਿਆਨ ਰੱਖੋ, ਜੇ ਤੁਸੀਂ ਆਉਂਦੀ ਜਾਂਦੀ ਸਾਹ ਦੇ ਉੱਤੇ ਧਿਆਨ ਰੱਖੋਗੇ ਤਾਂ ਆਪਣੇ ਸਰੀਰ ਦੇ ਜਿਹੜੇ 7 ਚੱਕਰ ਹੈ ਉਹ ਸ਼ੁੱਧ ਹੋ ਕੇ ਐਕਟਿਵ ਹੋ ਜਾਣਗੇ, ਤੇ ਜਦੋਂ ਇਹ ਐਕਟਿਵ ਹੋ ਗਏ ਤਾਂ ਤੁਸੀਂ ਹਰ ਤਰ੍ਹਾਂ ਦੀ ਬਿਮਾਰੀ ਤੋਂ ਦੂਰ ਹੋ ਜਾਓਗੇ। ਸਰ ਮੈਂ ਰਣਜੀਤ ਕੌਰ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਧਰਮਰਾਜ ਜੀ ਦਾ, ਇਹ ਸਾਡੇ ਧਰਮਰਾਜ ਜੀ ਨੇ ਔਰ ਬਹੁਤ ਅੱਛਾ ਕਰਾਉਂਦੇ ਨੇ, ਬਹੁਤ ਹਰ ਫੰਕਸ਼ਨ ਇਹ ਕਰਵਾਉਂਦੇ ਨੇ ਜਿਹਦੀ ਸਾਨੂੰ ਨੌਲੇਜ ਨਹੀਂ ਹੈ। ਬਹੁਤ ਅੱਛਾ ਇਹਨਾਂ ਦਾ ਤਹਿ ਦਿਲ ਤੋਂ, ਬਹੁਤ ਬਹੁਤ ਨਾਈਸ ਬੰਦੇ ਨੇ ਔਰ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੇ ਨੇ। ਦੇਖੋ ਇੰਨੀ ਕੋਈ ਨਹੀਂ ਕਰਦਾ ਹੈਗਾ ਜਿੰਨੀ ਇਹ ਸਿੱਧਤ ਕਰਦੇ ਨੇ। ਕਿਸੇ ਕਿਸੇ ਦਾ ਇਹ ਕੰਮ ਹੈ ਸਰ, ਹਰ ਕੋਈ ਆਪਣੇ ਵੱਲ ਹੀ ਦੇਖਦਾ, ਪਰ ਇਹ ਬਹੁਤ ਹੀ ਸਾਨੂੰ ਮਤਲਬ ਹਰ ਪਾਸੋਂ ਹਰ ਫੰਕਸ਼ਨ 'ਤੇ ਨਾਲ ਜੋੜਦੇ ਨੇ ਸਾਰੇ। ਅਸੀਂ ਸਾਰਾ ਪਰਿਵਾਰ ਆ ਯੋਗਾ ਪਰਿਵਾਰ, ਸਾਨੂੰ ਪਤਾ ਲੱਗਦਾ ਕਿ ਕੁਛ ਸਿੱਖਣ ਨੂੰ ਮਿਲਦਾ ਇਹਨਾਂ ਤੋਂ ਵੀ ਹਾਂ ਵੀ ਅੱਛਾ ਹਸਾਉਂਦੇ ਨੇ, ਜੀਵਨ 'ਚ ਹੱਸਣਾ ਵੀ ਜ਼ਰੂਰੀ ਹੈ, ਸਿਹਤ ਵੀ ਜ਼ਰੂਰੀ ਹੈ ਸਰ। ਇਹ ਗੱਲਾਂ ਲੈ ਕੇ ਵੀ ਸਾਨੂੰ ਬਹੁਤ ਅੱਛਾ ਲੱਗਦਾ, ਬਹੁਤ ਵੈਰੀ ਨਾਈਸ ਬੰਦੇ ਨੇ ਔਰ ਹਰ ਫੰਕਸ਼ਨ 'ਤੇ ਇੰਜੋਏ ਕਰਦੇ ਨੇ ਔਰ ਸਾਨੂੰ ਕਰਵਾਉਂਦੇ ਨੇ। ਥੈਂਕ ਯੂ ਸਰ। ਮਾੜਾ ਸੀ ਵੀਰਾ।
ਗੱਲ